ਜੰਗਲਾਂ 'ਨੂੰ ਬਦੇ ਕਈ ਸਵੇਰਾਂ ਤੋਂ ਸਮੇਂ ਜੰਗਲਾਂ ਨੂੰ ਲੱਗੀ ਹੋਈ ਅੱਗ ਕਰਕੇ ਪ੍ਰਭਾਵਿਤ ਨੇ ਮਹਾਰਾਂ ਦਾ ਕਹਿਣਾ ਕਿ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੇ ਨੇ ਕਿ ਅੱਗਾਂ ਲੱਗਣ ਦਾ ਸੀਜ਼ਨ ਅਜੇ ਸ਼ੁਰੂ ਹੋਇਆ ਹੈ ਤੇ ਇਸ ਦਾ ਪ੍ਰਭਾਵ ਮਾੜਾ ਪੈ ਸਕਦਾ ਹੈ ਕਈ ਸ਼ਹਿਰ ਸੰਘਣੇ ਧੂਏ ਦੀ ਚਪੇਟ ਵਿੱਚ ਨੇ ਅਮਰੀਕਾ ਵਿੱਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ ਨਿਊਯਾਰਕ ਵਿੱਚ ਵੀ ਅੱਗਾਂ ਕਰਕੇ ਹੋਏ ਧੂਏ ਦੇ ਨਾਲ ਹਵਾ ਦੀ ਗੁਣਵੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਨੋਵਸਕੋਸ਼ੀਆ ਵਿੱਚ ਜੰਗਲਾਂ ਨੂੰ ਲੱਗੀ ਹੋਈ ਅੱਗ ਕਰਕੇ ਅਲਦੋਲੇ ਦੇ ਖੇਤਰਾਂ ਵਿੱਚ ਸੰਘਣਾ ਧੂਆਂ ਫੈਲਿਆ ਹੋਇਆ ਹੈ ਕਿਊਬਿਕ ਦੇ ਜੰਗਲਾਂ ਵਿੱਚ ਵੀ ਅੱਗ ਲੱਗੀ ਹੋ ਅਲਟੀਮੋਰ ਪ੍ਰਭਾਵਿਤ ਹੋਏ ਨੇ ਤੇ ਹੋਰ ਕਈ ਹਿੱਸੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਵਾਰ ਅੱਗਾ ਕਰਕੇ ਜੋ ਹਾਲਾਤ ਨੇ ਅਜੇ ਹਾਲਾਂ ਕਦੀ ਨਹੀਂ ਸੀ ਹੋਇਆ ਸੂਬਿਆਂ ਨੂੰ ਫੈਡਰਲ ਸਰਕਾਰ ਵੱਲੋਂ ਮਦਦ ਵੀ ਦਿੱਤੀ ਜਾ ਰਹੀ ਹੈ ਯੂ ਐਸ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣੀ ਅਫਰੀਕਾ ਤੇ ਫਰਾਂਸ ਤੋਂ ਵੱਡੀ ਗਿਣਤੀ ਫਾਇਰ ਫਾਈਟਰ ਕੈਨੇਡਾ ਦੀ ਮਦਦ ਦੇ ਲਈ ਆਏ ਹੋਏ ਨੇ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ 온ਟਾਰੀਓ ਕਿਊਬੈਕ ਤੇ ਨੋਵਾ ਸਕੋਸ਼ੀਆ ਇਹ ਸਭ ਸੂਬੇ ਅੱਗਾਂ ਦੇ ਕਰਕੇ ਵਿਗੜੇ ਹਾਲਾਤ ਦੇ ਨਾਲ ਜੂਝ ਰਹੇ ਨੇ 400 ਤੋਂ ਵੱਧ ਥਾਵਾਂ ਤੇ ਅੱਗ ਲੱਗੀ ਹੋਈ ਹੈ ਜਿਨ੍ਹਾਂ ਵਿੱਚੋਂ 200 ਥਾਵਾਂ ਦੇ ਉੱਤੇ ਅੱਗ ਬੇਕਾਬੂ ਹੈ ਹਜ਼ਾਰਾਂ ਕੈਨੇਡਾ ਵਾਸੀਆਂ ਨੂੰ ਹੁਣ ਤੱਕ ਜੰਗਲਾਂ ਦੇ ਨੇੜੇ ਤੋਂ ਆਪਣੇ ਘਰ ਛੱਡ ਕੇ ਜਾਣਾ ਪੈ ਚੁੱਕਿਆ ਹੈ ਤੇ ਜਿਨ੍ਹਾਂ ਥਾਵਾਂ ਤੇ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ ਕਈਆਂ ਨੂੰ ਵਾਪਸ ਘਰਾਂ ਵਿੱਚ ਪਰਤਣ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਉੱਤਰ ਪੱਛਮੀ ਹਿੱਸੇ ਵਿੱਚ ਵੀਰਵਾਰ ਨੂੰ ਨਵੇਂ ਇਵੈਕੂਏਸ਼ਨ ਆਰਡਰ ਵੀ ਦਿੱਤੇ ਗਏ ਤੇ ਕਈਆਂ ਨੂੰ ਘਰ ਖਾਲੀ ਕਰਨ ਦੇ ਲਈ ਕਿਹਾ ਗਿਆ ਕੈਨੇਡਾ ਦਾ ਕਰੀਬ 38% ਹਿੱਸਾ ਜੰਗਲਾਂ ਨਾਲ ਘਿਰਿਆ ਹੋਇਆ ਤੇ ਜੰਗਲਾਂ ਵਿੱਚ ਹਰ ਸਾਲ ਇਸ ਮੌਸਮ 'ਚ ਅੱਗਾਂ ਲੱਗਦੀਆਂ ਨੇ ਪਰ ਇਸ ਵਾਰ ਹਾਲਾਤ ਕੁਝ ਜ਼ਿਆਦਾ ਹੀ ਖਰਾਬ ਨੇ ਵਿਨੀਪੈਗ ਦੇ 올ਿਵ ਗਾਰਡਨ ਰੈਸਟੋਰੈਂਟ ਵਿੱਚ ਲੜਕੀ ਦੇ ਕਿਸੇ ਨੇ ਚਾਕੂ ਮਾਰ ਦਿੱਤਾ ਕਈ ਚਾਕੂ ਉਸਤੇ ਮਾਰੇ ਜਿਸ ਦੀ ਕੇ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ 18 ਸਾਲ ਦੀ ਲੜਕੀ ਜੋ ਕਿ 올ਿਵ ਗਾਰਡਨ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ ਉਸਤੇ ਇਹ ਚਾਕੂ ਮਾਰੇ ਗਏ ਵੀਰਵਾਰ ਦੀ ਰਾਤ ਨੂੰ 8 ਵਜੇ ਜਿਸ ਵਿਅਕਤੀ ਨੇ ਹਮਲਾ ਕੀਤਾ ਉਸ ਨਾਲ ਨਾ ਕੋਈ ਲੜਾਈ ਹੋਈ ਸੀ ਨਾ ਬਹਿਸ ਹੋਈ ਸੀ ਤੇ ਨਾ ਹੋਏ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਤੇ ਬਧਿਕਾਰੀਆਂ ਨੇ ਕਿਹਾ ਕਿ ਇੱਕਦਮ ਇਹ ਹਮਲਾ ਹੋਇਆ ਜੋ ਕਿ 100 ਬਲਾਕ ਤੇ ਰਿੰਡੀਅਰਸ ਡਰਾਈਵ ਉਤੇ 올ਿਵ ਗਾਰਡਨ ਰੈਸਟੋਰੈਂਟ ਹੈ ਰੈਸਟੋਰੈਂਟ ਨੇ ਹੀ ਇਸਤੇ ਪੁਸ਼ਟੀ ਕੀਤੀ ਹੈ ਕਿ ਜਿਸਤੇ ਚਾਕੂ ਮਾਰਿਆ ਗਿਆ ਉਹ ਉਥੇ ਲੜਕੀ ਕੰਮ ਕਰਦੀ ਸੀ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਸ਼ਾਮ ਦੇ 7 ਵਜੇ ਦੇ ਨੇੜੇ ਰੈਸਟੋਰੈਂਟ ਵਿੱਚ ਗਿਆ ਤੇ ਉਥੇ ਉਹ ਬੈਠਾ ਰਿਹਾ ਜਿਸ ਤੋਂ ਕਰੀਬ 1 ਘੰਟੇ ਬਾਅਦ ਉਸ ਨੇ ਉਸ ਲੜਕੀ ਦੇ ਇੱਕਦਮ ਚਾਕੂ ਮਾਰ ਦਿੱਤੇ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਕੁਝ ਬਲਾਕਸ ਦੀ ਦੂਰੀ ਦੇ ਉੱਤੇ ਹੀ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜੋ ਕਿ 1500 ਬਲਾਕ ਤੇ ਰੀਜੈਂਟ ਐਵੇਨਿਊ ਦੇ ਉੱਤੇ ਮੌਜੂਦ ਸੀ ਜਿਸ ਕੋਲੋਂ ਉਹ ਚਾਕੂ ਵੀ ਮਿਲਿਆ ਜਿਸ ਨਾਲ ਉਸ ਨੇ ਉਸ ਲੜਕੀ ਤੇ ਹਮਲਾ ਕੀਤਾ ਸੀ ਜਿਸ ਦੀ ਪਛਾਣ 27 ਸਾਲ ਦੇ ਰੌਬਰਟ ਐਲਨ ਇੰਗ੍ਰਮ ਵਜੋਂ ਹੋਈ ਹੈ ਤੇ 18 ਸਾਲ ਦੀ ਲੜਕੀ ਜਿਸ ਦੀ ਹਾਲਤ ਗੰਭੀਰਤਾ ਬਣੀ ਹੋਈ ਹੈ ਹਸਪਤਾਲ ਵਿੱਚ ਹੈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਫਿਲਹਾਲ ਦੱਸੀ ਜਾ ਰਹੀ ਹੈ ਮਾਮਲੇ ਦੀ ਜਾਂਚ ਹਜੇ ਵੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਨੇ ਇਹ ਹਮਲਾ ਕੀਤਾ ਉਹ ਹਜੇ ਹਿਰਾਸਤ ਦੇ ਵਿੱਚ ਹੀ ਰਹੇਗਾ ਜਿਸ ਉੱਤੇ ਕਈ ਕੇਸ ਦਰਜ ਕੀਤੇ ਗਏ ਨੇ ਰੌਬਰਟ ਐਲਨ ਇੰਗ੍ਰਮ 27 ਆਫ ਵਿਨੀਪੈਗ ਇਸ ਚਾਰਜਡ ਵਿਦ ਅ ਫੋਲੋਇੰਗ ਅਫੈਂਸਸ ਐਗਰਵੇਟਡ ਅਸੌਲਟ ਪੋゼਸ਼ਨ ਆਫ ਅ ਵੈਪਨ ਐਂਡ ਫੇਲ ਟੂ ਕੰਪਲਾਈ ਵਿਦ ਪ੍ਰੋਬੇਸ਼ਨ ਆਰਡਰ ਹੀ ਰਿਮੇਨਸ ਇਨ ਕਸਡੀ ਕੈਲਗਰੀ ਦੇ ਸਿਲਵਰ ਸਪ੍ਰਿੰਗਜ਼ ਪਾਈਚਾਰੇ ਵਿੱਚ ਇੱਕ ਸੜਕ ਦੇ ਉੱਤੇ ਵੱਡਾ ਟੋਆ ਪੈ ਗਿਆ ਵੀਰਵਾਰ ਦੀ ਸ਼ਾਮ ਨੂੰ 4 ਵਜੇ ਦੇ ਨੇੜੇ ਉਸ ਸਮੇਂ ਅਧਿਕਾਰੀ ਪਹੁੰਚੇ ਜਦੋਂ ਉਸ ਟੋਏ ਵਿੱਚ ਇੱਕ ਗੱਡੀ ਦਾ ਅਗਲਾ ਹਿੱਸਾ ਡਿੱਗ ਗਿਆ ਜੋ ਕਿ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੋਰਡ ਐਸਯੂਵੀ ਵਾਹਨ ਜਿਸ ਦਾ ਕਿ ਅਗਲਾ ਹਿੱਸਾ ਪੂਰਾ ਉਸ ਟੋਏ ਦੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਐਮਰਜੈਂਸੀ ਟੀਮ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ ਜਿੱਥੇ ਕਿ ਫਾਇਰ ਡਿਪਾਰਟਮੈਂਟ ਤੋਂ ਬੁਲਾਰੇ ਨੇ ਦੱਸਿਆ ਕਿ ਵਾਹਨ ਨੂੰ ਚਲਾ ਰਹੇ ਡਰਾਈਵਰ ਨੂੰ ਗੱਡੀ ਦੇ ਪਿਛਲੇ ਹਿੱਸੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿੱਥੇ ਕਿ ਚਸ਼ਮਦੀਦ ਵੀ ਮੌਜੂਦ ਸਨ ਜਿਨ੍ਹਾਂ ਨੇ ਉਸ ਮੌਕੇ ਡਰਾਈਵਰ ਦੀ ਮਦਦ ਵੀ ਕੀਤੀ 2 ਸਾਲ ਦੀ ਬੱਚੀ ਜੋ ਕੈਨਮੋਰ ਦੇ ਬੋਰੀਵਰ ਗੈਂਪ ਗਰਾਉਂਡ ਤੋਂ ਵੀਰਵਾਰ ਦੀ ਦੁਪਹਿਰ ਨੂੰ ਲਾਪਤਾ ਹੋਈ ਸੀ ਉਸ ਬੱਚੀ ਨੇ ਦਮ ਤੋੜ ਦਿੱਤਾ ਹੈ ਜਿਸ ਦੇ ਲਾਪਤਾ ਹੋਣ ਦੇ ਬਾਰੇ ਵੀਰਵਾਰ ਨੂੰ 4:55 ਮਿੰਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਬਾਰੇ ਪੁਲਿਸ ਨੇ ਦੱਸਿਆ ਪੁਲਿਸ ਨੇ ਕਿਹਾ ਕਿ ਉਹਨਾਂ ਦੀ ਐਮਰਜੈਂਸੀ ਟੀਮ ਦੇ ਅਧਿਕਾਰੀ ਕਿਸ਼ਤੀਆਂ ਹੈਲੀਕਾਪਟਰ ਤੇ ਹੋਰ ਸਹੂਲਤਾਂ ਦੀ ਮਦਦ ਦੇ ਨਾਲ ਉਸ ਬੱਚੀ ਨੂੰ ਲਗਾਤਾਰ ਲੱਭਣ ਵਿੱਚ ਲੱਗ ਗਏ ਸੀ ਤੇ ਤਕਰੀਬ ਡੇਢ ਘੰਟੇ ਬਾਅਦ ਫਾਇਰ ਕ੍ਰਿਊਜ਼ ਨੇ ਨਦੀ ਵਿੱਚ ਬੱਚੀ ਨੂੰ ਦੇਖਿਆ ਜਿਸ ਨੂੰ ਕਿ ਤੁਰੰਤ ਹਸਪਤਾਲ ਵੀ ਲਿਜਾਇਆ ਗਿਆ ਪਰ ਉਸਨੇ ਦਮ ਤੋੜ ਦਿੱਤਾ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਉਹ ਪੋਸਟਮਾਰਟਮ ਕਰਨਗੇ ਜਿਸ ਤੋਂ ਬਾਅਦ ਹੀ ਬੱਚੀ ਦੇ ਮੌਤੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਹਜੇ ਵੀ ਜਾਰੀ ਰੱਖ ਰਹੇ ਨੇ ਤੇ ਪਰਿਵਾਰ ਜਿਨ੍ਹਾਂ ਨੇ ਆਪਣੇ ਬੱਚੀ ਨੂੰ ਖੋ ਦਿੱਤਾ ਹੈ ਉਹਨਾਂ ਵਾਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਬਰਨਬੀ ਵਿਥ ਸ਼ੁੱਕਰਵਾਰ ਦੀ ਸਵੇਰ ਇੱਕ ਵਿਅਕਤੀ ਨੂੰ ਉਸ ਸਮੇਂ ਹਸਪਤਾਲ ਲਿਜਾਇਆ ਗਿਆ ਜਦੋਂ ਉਸਤੇ ਕਿਸੇ ਨੇ ਚਾਕੂ ਮਾਰ ਦਿੱਤਾ ਸਵੇਰੇ 2:30 ਵਜੇ ਦਾ ਸਮਾਰਸੀ ਜਦੋਂ ਕਿੰਗਸਵੇ ਅਤੇ ਗ੍ਰਿਫਟਸ ਐਵੇਨਿਊ ਦੇ ਉੱਤੇ ਇਹ ਵਾਪਰਿਆ ਜਿਸ ਤੋਂ ਬਾਅਦ ਇੱਕ ਜਣੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਜ਼ਖਮੀ ਵਿਅਕਤੀ ਸੀ ਜਿਸ ਤੇ ਚਾਕੂ ਲੱਗੇ ਹੋਏ ਸਨ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੀ ਕੀ ਹਾਲ ਹੁਣ ਖਤਰੇ ਤੋਂ ਬਾਹਰ ਹੈ ਮੌਕੇ ਤੋਂ ਦੂਜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜੋ ਪੀੜਤ ਹੈ ਤੇ ਜਿਸ ਨੇ ਹਮਲਾ ਕੀਤਾ ਹੈ ਦੋਵੇਂ ਇੱਕ ਦੂਜੇ ਨੂੰ ਜਾਣਦੇ ਨੇ ਤੇ ਜਾਂਚ ਇਸ ਦੇ ਉੱਤੇ ਹੋਰ ਚੱਲ ਰਹੀ ਹੈ ਜੇਕਰ ਕਿਸੇ ਨੂੰ ਕੋਈ ਹੋਰ ਜਾਣਕਾਰੀ ਹੋਵੇ ਇਸ ਮਾਮਲੇ ਬਾਰੇ ਤਾਂ ਬਰਨ ਬੀ ਆਰ ਸੀ ਐਮ ਪੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ